ਬਾਈਕਰਜ਼ ਜੇ ਗੱਲ ਕਰੀਏ ਤਾਂ ਬਾਈਕਰਜ਼ ਐਸੋਸੀਏਸ਼ਨ ਜਿਹੜੇ ਸਾਰੇ ਉਹ ਆਏ ਸੀ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਈਕ ਖੜੀਆਂ ਨੇ ਤਾਂ ਬਾਈ ਹੁਣ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਚੱਲ ਕੇ ਆਏ ਨੇ ਭਾਈ ਜੀ ਦਿਲਾਂ ਦੇ ਵਿੱਚ ਤਾਂ ਰਹਿਣਾ ਹੀ ਹੈਗਾ ਉਹਨੇ ਬਾਈ ਨੇ ਚਾਹੇ ਚਲੇ ਗਿਆ ਹੈਗਾ ਪਹਿਲਾਂ ਗੈरेज ਗਨੇ ਸਿੱਧੂ ਮੂਸੇ ਵਾਲਾ ਹੁੰਦਾ ਸੀ ਤੇ ਹੁਣ ਮੂਸਾ ਸਿੱਧੂ ਵਾਲਾ ਹੋ ਗਿਆ ਉਹ ਵੀ ਯਾਦਾਂ ਸਾਡੇ ਦਿਲਾਂ ਦੇ ਵਿੱਚ ਰਹਿਣੀਆਂ ਨੇ ਨਾ ਤਾਂ ਸਿੱਧੂ ਦੇ ਨਾਂ ਦੀ ਬਜਣਾ ਹੈਗਾ ਚਾਹੇ ਪਿੰਡ ਜੋ ਵੀ ਹੈਗਾ ਤਾਂ ਹਾਂਜੀ ਸਾਨੂੰ ਬੜਾ ਦੁੱਖ ਹੈਗਾ ਸਿੱਧੂ ਬਾਈ ਦੇ ਜਾਣ ਦਾ ਕਿਉਂ ਬਹੁਤ ਵਧੀਆ ਸਤਾਰਾ ਸੀਗਾ ਇਹ ਸਿੰਗਰ ਇਹਦੇ ਵਿੱਚ ਗੀਤਕਾਰ ਦੇ ਵਿੱਚ ਤੇ ਬੜੀ ਅਸੀਂ ਉਹ ਵੀ ਕਾਟ ਮਹਿਸੂਸ ਕਰਾਂਗੇ ਤੇ ਉਹਦੀ ਖੰਨਾ ਲੁਧਿਆਣਾ ਤੇ ਜਲੰਧਰ ਤੋਂ ਅਸੀਂ ਇਕੱਠੇ ਹੋਏ ਹੈਗੇ ਤੇ ਇੱਥੇ ਬਾਈ ਨੂੰ ਸ਼ਰਧਾਂਜਲੀ ਦੇਣਾ ਹੈ ਆਪਣੇ ਨੂੰ ਤਾਂ ਮੁੱਸੇਪਿੰਡ ਲਗਾਤਾਰ ਲੋਕਾਂ ਦਾ ਪਹੁੰਚਣਾ ਜਾਰੀ ਹੈ तमाम ਲੀਡਰਸ਼ਿਪ ਪਹੁੰਚ ਰਹੀ ਹੈ ਤੇ ਇੱਥੇ ਹੋਰ ਵੀ ਬਾਈ ਹੋਣੀ ਆਏ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਾਈਕਰਜ਼ ਜੇ ਗੱਲ ਕਰੀਏ ਤਾਂ ਬਾਈਕਰਜ਼ ਐਸੋਸੀਏਸ਼ਨ ਜਿਹੜੇ ਸਾਰੇ ਉਹ ਆਏ ਸੀ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਈਕ ਖੜੀਆਂ ਨੇ ਤਾਂ ਬਾਈ ਹੁਣਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਚੱਲ ਕੇ ਆਏ ਨੇ ਬਾਈ ਜੀ ਪਹਿਲਾਂ ਤਾਂ ਬਾਈ ਜੀ ਖਾਲਸਾ ਵਾਹ ਜੀ ਫਤਿਹ ਜੀ ਜੀ ਦਾ ਖਾਲਸਾ ਵਾਹ ਜੀ ਜੀ ਫਤਿਹ ਜੀ ਹਾਂ ਕਿੱਥੋਂ ਆਏ ਬਾਈ ਜੀ ਤੁਸੀਂ ਬਾਈ ਜੀ ਸਾਡਾ ਗਰੁੱਪ ਜਿੱਦਾਂ ਖੰਨਾ ਲੁਧਿਆਣਾ ਤੇ ਜਲੰਧਰ ਤੋਂ ਅਸੀਂ ਇਕੱਠੇ ਹੋਏ ਹੈਗੇ ਤੇ ਇੱਥੇ ਬਾਈ ਨੂੰ ਸ਼ਰਧਾਂਜਲੀ ਦੇਣ ਆਏ ਆ ਆਪਣੇ ਨੂੰ ਹਾਂਜੀ ਹਾਂ ਕਿੰਨਾ ਟਾਈਮ ਲੱਗਾ ਤੁਹਾਨੂੰ ਪਹੁੰਚਣ ਚ ਭਾਜੀ ਟਾਈਮ ਤਾਂ ਨਹੀਂ ਕੋਈ ਜ਼ਿਆਦਾ ਹੁੰਦਾ ਕਿਉਂ ਗਰਮੀ ਦੇ ਮੌਸਮ ਹੋਣ ਕਰਕੇ ਥੋੜੇ ਜਿਹਾ ਸਾਨੂੰ ਟਾਈਮ ਤਾਂ ਜ਼ਿਆਦਾ ਲੱਗ ਰਿਹਾ ਕੋਈ ਬਾਈਕ ਵੱਡੇ ਹੈਗੇ ਗਰਮ ਜ਼ਿਆਦਾ ਹੋ ਜਾਂਦੇ ਤਕਰੀਬਨ ਜੇ ਅਸੀਂ ਘਰ ਤੋਂ ਚੱਲ ਕੇ ਜਾਂਦੇ ਹਾਂ ਤੇ ਦੋ ਘੰਟੇ ਦਾ ਰਾਹ ਹੈ ਸਾਨੂੰ ਸਿਰਫ ਕਿੰਨੇ ਜਣੇ ਦੀ ਟੀਮ ਆਈ ਹੈ ਬਾਈ ਟੀਮ ਦਾ ਅੱਜ ਗਰਮੀ ਦੇ ਆਉਣ ਕਰਕੇ ਬਹੁਤ ਬੰਦੇ ਘਟਾਏ ਹੈਗੇ ਤੇ ਨੇ ਤਕਰੀਬਨ ਅਸੀਂ ਹੈਗੇ 17 ਕ ਜਾਨੇ ਹੈਗੇ ਅੱਜ ਹਾਂਜੀ ਪਹਿਲਾਂ ਵੀ ਆਈ ਸੀ ਸੰਸਕਾਰ ਤੇ ਨਹੀਂ ਭਾਈ ਉਦੋਂ ਰਸ਼ ਬਹੁਤ ਜ਼ਿਆਦਾ ਸੀਗਾ ਉਸ ਕਰਕੇ ਨਹੀਂ ਆ سکے ਤੇ ਕੁਝ ਸਾਡੇ ਬੰਦੇ 12 ਤਰੀਕ ਨੂੰ ਵੀ ਆ ਰਹੇ ਨੇ ਬਾਈਕਰਸ ਹੋਰ ਵੀ ਕਾਫੀ ਜ਼ਿਆਦਾ ਆ ਰਹੇ ਨੇ ਜੀ ਪਹਿਲਾਂ ਕਹ ਰਹੇ ਸੀ ਕਿ ਸਿੱਧੂ ਮੂਸੇ ਵਾਲਾ ਹੁੰਦਾ ਸੀ ਤੇ ਹੁਣ ਮੂਸਾ ਸਿੱਧੂ ਵਾਲਾ ਹੋ ਗਿਆ ਭਾਈ ਜੀ ਦਿਲਾਂ ਦੇ ਵਿੱਚ ਤਾਂ ਰਹਿਣਾ ਹੀ ਹੈਗਾ ਉਹਨੇ ਬਾਈ ਨੇ ਚਾਹੇ ਚਲੇ ਗਿਆ ਹੈਗਾ ਉਹਦੀਆਂ ਯਾਦਾਂ ਸਾਡੇ ਦਿਲਾਂ ਦੇ ਵਿੱਚ ਰਹਿਣੀਆਂ ਨੇ ਨਾਮ ਤਾਂ ਸਿੱਧੂ ਦੇ ਨਾਮ ਦੀ ਬਜਣਾ ਹੈਗਾ ਚਾਹੇ ਪਿੰਡ ਜੋ ਵੀ ਹੈਗਾ ਤੇ ਹਾਂਜੀ ਕੀ ਕਸ ਸੰਦੇਸ਼ ਦੇਣਾ ਚਾਹੋਗੇ ਨੌਜਵਾਨੀ ਜੋ ਮਤਲਬ ਇਦਾਂ ਪਿਛਲੇ 6 ਮਹੀਨਿਆਂ ਦੇ ਵਿੱਚ ਜੀ ਗੱਲ ਕਰੀਏ ਤਾਂ ਅਸੀਂ ਤਿੰਨ ਇੱਕ ਸੰਦੀਪ ਨੰਗਲੰਬੀਆਂ ਹੋ ਗਿਆ ਇੱਕ ਸੰਦੀਪ ਸੱਧੂ ਦੀਪ ਸਿੱਧੂ ਹੋ ਗਿਆ ਤੇ ਹੁਣ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਹੋ ਗਿਆ ਸੀ ਗਵਾ ਚੁੱਕੇ ਹਾਂ ਭਾਈ ਜੀ ਦੇਖੋ ਮੈਂ ਹੁਣ ਕਿਸੇ ਨੂੰ ਇਦਾਂ ਦਾ ਕੁਝ ਨਹੀਂ ਕਰ ਸਕਦਾ ਕਿਉਂ ਮੈਂ ਆਪ ਗੁਰਸਿੱਖ ਬੰਦਾ ਹੈਗਾ ਠੀਕ ਹੈ ਨਹੀਂ ਸਾਡਾ ਜਿਹੜਾ ਬਾਈਕਰ ਹੈਗਾ ਸਾਡਾ ਸਿਸਟਮ ਉਹ ਤੁਹਾਨੂੰ ਪਤਾ ਹੀ ਹੈਗਾ ਵੀ ਪ੍ਰਮੋਟ ਹੋਰ ਕੁਝ ਚੀਜ਼ ਨੂੰ ਕਰਦਾ ਹੈਗਾ ਪਰ ਅਸੀਂ ਤਾਂ ਜਿਵੇਂ ਸਾਡਾ ਗਰੁੱਪ ਚੱਲਦਾ ਹੈਗਾ ਅਸੀਂ ਤਾਂ ਇਹ ਚੀਜ਼ ਚੱਲਦੇ ਹਾਂ ਵੀ ਨਸ਼ੇ ਪੱਤੇ ਤੋਂ ਰਹਿ ਕੇ ਚੱਲੀਏ ਕੋਈ ਜਿਹੜੀ ਅੱਜ ਕੱਲ ਜਿਹੜੀ ਜਨਰੇਸ਼ਨ ਨਮੀ ਹੈਗੀ ਆ ਪੁੱਠੇ ਕੰਮ ਨੂੰ ਜ਼ਿਆਦਾ ਚੱਲ ਚੁੱਕੀ ਹੈਗੀ ਸਿੱਧੇ ਰਾਂ ਨੂੰ ਥੋੜੀ ਘੱਟ ਚੱਲਦੀ ਹੈ ਬਾਕੀ ਸਾਨੂੰ ਬੜਾ ਦੁੱਖ ਹੈਗਾ ਸਿੱਧੂ ਬਾਈ ਦੇ ਜਾਣ ਦਾ ਕਿਉਂ ਬਹੁਤ ਵਧੀਆ ਸਤਾਰਾ ਸੀਗਾ ਸਿੰਗਰ ਇਹਦੇ ਵਿੱਚ ਗੀਤ ਕਰਦੇ ਵਿੱਚ ਤੇ ਬੜੀ ਅਸੀਂ ਉਹ ਵੀ ਘਾਟ ਮਹਿਸੂਸ ਕਰਾਂਗੇ ਜੀ ਉਹਦੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬੜੀ ਥੈਂਕ ਯੂ ਤਾਂ ਇਹਨਾਂ ਸਾਡੇ ਨਾਲ ਜੇ ਗੱਲ ਕਰੀ ਤਾਂ ਬਾਈਕਰਜ਼ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਦਿੱਲੀ ਲੁਧਿਆਣਾ ਸਾਰੇ ਉੱਥੋਂ ਆਏ ਨੇ ਬਾਈ ਉਹਨਿੰਗੇ ਦੱਸ ਰਹੇ ਸੀ ਕਿ ਅਸੀਂ ਉਹਨਾਂ ਦੇ ਫੈਨ ਆ ਤੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਉਹਨਾਂ ਦੇ ਪਿੰਡ ਅੱਜ ਪਹੁੰਚੇ ਆ ਕੈਮਰਾਮੈਨ ਵਿਕਰਮ ਦੇ ਨਾਲ ਮਨਦੀਪ ਜੋਤ ਪਿੰਡ ਮੂਸਾ ਤਾਂ ਮੂਸੇ ਪਿੰਡ ਲਗਾਤਾਰ ਲੋਕਾਂ ਦਾ ਪਹੁੰਚਣਾ ਜਾ ਰਹੀ ਹੈ ਤਮਾਮ ਲੀਡਰਸ਼ਿਪ ਪਹੁੰਚ ਰਹੀ ਹੈ ਇੱਥੇ ਹੋਰ ਵੀ ਬਾਈ ਹੋਣੀ ਆਏ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਬਾਈਕਰਜ਼ ਜੇ ਗੱਲ ਕਰੀਏ ਤਾਂ ਬਾਈਕਰਜ਼ ਐਸੋਸੀਏਸ਼ਨ ਜਿਹੜੇ ਸਾਰੇ ਉਹ ਆਏ ਸੀ ਤੁਸੀਂ ਦੇਖ ਸਕਦੇ ਹੋ ਪਿੱਛੇ ਬਾਈਕ ਖੜੀਆਂ ਨੇ ਤਾਂ ਬਾਈ ਹੁਣ ਨਾਲ ਗੱਲਬਾਤ ਕਰਾਂਗੇ ਕਿ ਕਿੱਥੋਂ ਚੱਲ ਕੇ ਆਏ ਨੇ ਬਾਈ ਜੀ ਬਹਿਲਾਂ ਤਾਂ ਬਾਈ ਜੀ ਖਾਲਸਾ ਵਾਜੀ ਫਤੇ ਜੀ ਜੀ ਦਾ ਖਾਲਸਾ ਵਾਹੀ ਜੀ ਫਤੇ ਜੀ ਹਾਂ ਕਿੱਥੋਂ ਆਏ ਬਾਈ ਜੀ ਤੁਸੀਂ ਬਾਈ ਜੀ ਸਾਡਾ ਗਰੁੱਪ ਜਿੱਦਾਂ ਖੰਨਾ ਲੁਧਿਆਣਾ ਤੇ ਜਲੰਧਰ ਤੋਂ ਅਸੀਂ ਇਕੱਠੇ ਹੋਏ ਹੈਗੇ ਤੇ ਇੱਥੇ ਬਾਈ ਨੂੰ ਸ਼ਰਧਾਂਜਲੀ ਦੇਣ ਆਏ ਆ ਆਪਣੇ ਨੂੰ ਹਾਂਜੀ ਹਾਂ ਕਿੰਨਾ ਟਾਈਮ ਲੱਗਾ ਤੁਹਾਨੂੰ ਪਹੁੰਚਣ ਭਾਜੀ ਟਾਈਮ ਤਾਂ ਨਹੀਂ ਕੋਈ ਜ਼ਿਆਦਾ ਹੁੰਦਾ ਕਿਉਂ ਗਰਮੀ ਦੇ ਮੌਸਮ ਹੋਣ ਕਰਕੇ ਥੋੜੇ ਜਿਹਾ ਸਾਨੂੰ ਟਾਈਮ ਤਾਂ ਜ਼ਿਆਦਾ ਲੱਗ ਰਿਹਾ ਕੋਈ ਬਾਈਕ ਵੱਡੇ ਹੈਗੇ ਗਰਮ ਜ਼ਿਆਦਾ ਹੋ ਜਾਂਦੇ ਆ ਤਕਰੀਬਨ ਜੇ ਅਸੀਂ ਘਰ ਤੋਂ ਚੱਲ ਕੇ ਜਾਂਦੇ ਹਾਂ ਤੇ ਦੋ ਘੰਟੇ ਦਾ ਰਾਹ ਹੈ ਸਾਨੂੰ ਸਿਰਫ ਕਿੰਨੇ ਜਣੇ ਦੀ ਟੀਮ ਆਈ ਹੈ ਬਾਈ ਭਾਜੀ ਟੀਮ ਦਾ ਅੱਜ ਗਰਮੀ ਦੇ ਮੌਸਮ ਕਰਕੇ ਬਹੁਤ ਬੰਦੇ ਘਟਾਏ ਹੈਗੇ ਤੇ ਨਹੀਂ ਤਕਰੀਬਨ ਅਸੀਂ ਹੈਗੇ 17 ਜਣੇ ਹੈਗੇ ਅੱਜ ਹਾਂਜੀ ਪਹਿਲਾਂ ਵੀ ਆਈ ਸੀ ਸੰਸਕਾਰ ਤੇ ਨਹੀਂ ਭਾਈ ਜੀ ਉਦੋਂ ਰਸ਼ ਬਹੁਤ ਜ਼ਿਆਦਾ ਸੀਗਾ ਉਸ ਕਰਕੇ ਨਹੀਂ ਆ ਸਕੇ ਤੇ ਕੁਝ ਸਾਡੇ ਬੰਦੇ 12 ਤਰੀਕ ਨੂੰ ਵੀ ਆ ਰਹੇ ਨੇ ਬਾਈਕਰਸ ਹੋਰ ਵੀ ਕਾਫੀ ਜ਼ਿਆਦਾ ਆ ਰਹੇ ਨੇ ਜੀ ਪਹਿਲਾਂ ਕਹ ਰਹੇ ਸੀਗੇ ਸਿੱਧੂ ਮੂਸੇ ਵਾਲਾ ਹੁੰਦਾ ਸੀ ਤੇ ਹੁਣ ਮੂਸਾ ਸਿੱਧੂ ਵਾਲਾ ਹੋ ਗਿਆ ਭਾਈ ਜੀ ਦਿਲਾਂ ਦੇ ਵਿੱਚ ਤਾਂ ਰਹਿਣੀ ਹੈਗਾ ਉਹਨੇ ਬਾਈ ਨੇ ਚਾਹੇ ਚਲੇ ਗਿਆ ਹੈਗਾ ਉਹਦੀਆਂ ਯਾਦਾਂ ਤਾਂ ਸਾਡੇ ਦਿਲਾਂ ਦੇ ਵਿੱਚ ਰਹਿਣੀਆਂ ਨੇ ਨਾਮ ਤਾਂ ਸਿੱਧੂ ਦੇ ਨਾਮ થી ਬੱਜਣਾ ਹੈਗਾ ਚਾਹੇ ਪਿੰਡ ਜੋ ਵੀ ਹੈਗਾ ਤਾਂ ਹਾਂ ਜੀ ਕੀ ਕੁਸ ਸੁਨੇਹ ਜੀ ਦੇਣਾ ਚਾਹੋਂਗੇ ਨੌਜਵਾਨੀ ਜੋ ਮਤਲਬ ਇਦਾਂ ਪਿਛਲੇ 6 ਮਹੀਨਿਆਂ ਦੇ ਵਿੱਚ ਜੀ ਗੱਲ ਕਰੀਏ ਤਾਂ ਅਸੀਂ ਤਿੰਨ ਇੱਕ ਸੰਦੀਪ ਨੰਗਲੰਬੀਆਂ ਹੋ ਗਿਆ ਇੱਕ ਸੰਦੀਪ ਸੱਧੂ ਦੀਪ ਸਿੱਧੂ ਹੋ ਗਿਆ ਤੇ ਹੁਣ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਹੋ ਗਿਆ ਅਸੀਂ ਗਵਾ ਚੁੱਕੇ ਹਾਂ ਅ ਭਾਈ ਜੀ ਦੇਖੋ ਮੈਂ ਹੁਣ ਕਿਸੇ ਨੂੰ ਇਦਾਂ ਦਾ ਕੁਝ ਨਹੀਂ ਕਰ ਸਕਦਾ ਕੋਈ ਮੈਂ ਆਪ ਗੁਰਸਿੱਖ ਬੰਦਾ ਹੈਗਾ ਠੀਕ ਹੈ ਨਹੀਂ ਸਾਡਾ ਜਿਹੜਾ ਬਾਈਕਰ ਹੈਗਾ ਸਾਡਾ ਸਿਸਟਮ ਉਹ ਤੁਹਾਨੂੰ ਪਤਾ ਹੀ ਹੈਗਾ ਵੀ ਪ੍ਰਮੋਟ ਹੋਰ ਕੁਝ ਚੀਜ਼ ਨੂੰ ਕਰਦਾ ਹੈਗਾ ਪਰ ਅਸੀਂ ਤਾਂ ਜਿਵੇਂ ਸਾਡਾ ਗਰੁੱਪ ਚੱਲਦਾ ਹੈਗਾ ਅਸੀਂ ਤਾਂ ਇਹ ਚੀਜ਼ ਚੱਲਦੇ ਹਾਂ ਵੀ ਨਸ਼ੇ ਪੱਤੇ ਤੋਂ ਰਹਿ ਕੇ ਚੱਲੀਏ ਕੋਈ ਜਿਹੜੀ ਅੱਜ ਕੱਲ ਜਿਹੜੀ ਜਨਰੇਸ਼ਨ ਨਮੀ ਹੈਗੀ ਆ ਪੁੱਠੇ ਕੰਮ ਨੂੰ ਜ਼ਿਆਦਾ ਚੱਲ ਚੁੱਕੀ ਹੈਗੀ ਸਿੱਧੇ ਰਾਂ ਨੂੰ ਥੋੜੀ ਘੱਟ ਚੱਲਦੀ ਹੈ ਬਾਕੀ ਸਾਨੂੰ ਬੜਾ ਦੁੱਖ ਹੈਗਾ ਸਿੱਧੂ ਬਾਈ ਦੇ ਜਾਣ ਦਾ ਕਿਉਂ ਬਹੁਤ ਵਧੀਆ ਸਤਾਰਾ ਸੀਗਾ ਸਿੰਗਰ ਇਹਦੇ ਵਿੱਚ ਗੀਤ ਕਰ ਦੇ ਵਿੱਚ ਤੇ ਬੜੀ ਅਸੀਂ ਉਹ ਵੀ ਘਾਟ ਮਹਿਸੂਸ ਕਰਾਂਗੇ ਜੀ ਉਹਦੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਾਈ ਜੀ ਥੈਂਕ ਯੂ ਤਾਂ ਇਹਨਾਂ ਸਾਡੇ ਨਾਲ ਜੇ ਗੱਲ ਕਰੀ ਤਾਂ ਬਾਈਕਰਜ਼ ਡਾਇਕ ਗਰੁੱਪ ਬਣਿਆ ਹੋਇਆ ਹੈ ਦਿੱਲੀ ਲੁਧਿਆਣਾ ਸਾਰੇ ਉੱਥੋਂ ਆਏ ਨੇ ਬਾਈ ਉਹਨਿੰਗੇ ਦੱਸ ਰਹੇ ਸੀ ਕਿ ਅਸੀਂ ਉਹਨਾਂ ਦੇ ਫੈਨ ਆ ਤੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਉਹਨਾਂ ਦੇ ਪਿੰਡ ਅੱਜ ਪਹੁੰਚੇ ਆ ਕੈਮਰਾਮੈਨ ਵਿਕਰਮ ਦੇ ਨਾਲ ਮਨਦੀਪ ਜੋਤ ਪਿੰਡ ਮੂਸਾ